ਦੀਪ ਸਿੰਘ ਹੈ ਸਾਨੂੰ ਸਰਦਾਰ ਬਲਵੀਰ ਸਿੰਘ 8 ਗਾਰਡਨ ਐਵਨਿਊ ਨੀਅਰ ਭੰਡਾਰੀ ਹਸਪੀਟਲ ਮੀਠਾ ਰੋਡ ਦਾ ਵਸਨੀਕ ਹਾਂ ਜੀ ਇਸ ਜਗ੍ਹਾ ਤੇ ਮੈਂ 28 ਸਾਲ ਤੋਂ ਰਹਿ ਰਿਹਾ ਹਾਂ ਜੀ ਇਸ ਘਰ ਵਿੱਚ ਮੈਂ ਆਪਣਾ ਆਇਲਸ ਦਾ ਸੈਂਟਰ ਚਲਾ ਰਿਹਾ ਹਾਂ 2 ਸਾਲ ਤੋਂ ਇਸ ਨੂੰ ਮੈਂ ਰਨਿੰਗ ਦੇ ਵਿੱਚ ਲਿਆ ਹੈ ਕਰ ਰਿਹਾ ਹਾਂ ਜੀ 2 ਅਣਪਛਾਤੇ ਬੰਦੇ ਆ ਕੇ ਮੈਨੂੰ ਧਮਕਾ ਰਹੇ ਨੇ ਕਿ ਅਸੀਂ ਤੇਰਾ ਇਹ ਆਇਲਸ ਦਾ ਸੈਂਟਰ ਚੱਲਣ ਨਹੀਂ ਦੇਵਾਂਗੇ ਜੀ ਹਾਂਜੀ ਮੈਂ ਘਰ ਦੇ ਆਪਣੇ ਘਰ ਦੇ ਵਿੱਚ ਉੱਪਰਲੇ ਪੋਰਸ਼ਨ ਫਸਟ ਫਲੋਰ ਤੇ ਆਇਸ ਦਾ ਸੈਂਟਰ ਬਣਾਇਆ ਹੈ ਕੀ ਕੀ ਬੰਦੇ ਧਮਕਾ ਰਹੇ ਕੌਣ ਹੈ ਬੰਦੇ ਕੋਈ ਪਛਾਣ ਚ ਹੈ ਜਾਂ ਅਣਪਛਾਤੇ ਹੈ ਅਣਪਛਾਤੇ ਬੰਦੇ ਨੇ ਕੀ ਕਾਰਨ ਸਮਝਦੇ ਕਿਉਂ ਧਮਕਾਇਆ ਜਾ ਰਿਹਾ ਤੁਹਾਨੂੰ ਉਹਨਾਂ ਨੂੰ ਕਾਰੋਬਾਰ ਕਹਿੰਦੇ ਆ ਕਿ ਇਹ ਤੇਰਾ ਕਾਰੋਬਾਰ ਚੱਲਣ ਨਹੀਂ ਦੇਣਾ ਅਸੀਂ ਉੱਤੇ ਉੱਤੇ ਕਬਜ਼ਾ ਕਰਨਾ ਜੀ ਹੁਣ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਚ ਕਿਸ ਤਰੀਕੇ ਦੀ ਕਾਰਵਾਈ ਅਮਲ ਚ ਲੈਂਦੀ ਜਾ ਰਹੀ ਹੈ ਦੇਖੋ ਜੀ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਪੁਲਿਸ ਸੀਪੀ ਸਾਹਿਬ ਨੂੰ ਦਰਖਾਸਤਾਂ ਦੇ ਰਿਹਾ ਹਾਂ ਜੀ मंग सर मैं अपना कारोबार करना चाहता हाँ इतने इतने मैं 25-30 लाख रुपया लगा के अपना कारोबार सेट किया वा मेरे तो इस तो अलावा मेरे कोई होर जगह नहीं है जी देखो इसकी वजह ये तो सरकारी जाने ये तो पुलिस जाने सारे देखने इन्वेस्टिगेशन का पता लगेगा इन्वेस्टिगेशन करेंगे तो तद ही